ਤੁਸੀਂ ਹੱਥ ਦੇਖ ਪਾ ਰਹੇ ਹੋ ਕਿਸਾਨ ਵੀਰਾਂ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ ਕਿ ਅਸੀਂ ਜਾਬਤੇ ਵਿੱਚ ਹੀ ਹਾਂ, ਸਬਰ ਵਿੱਚ ਹੀ ਹਾਂ, ਔਰ ਨੌਜਵਾਨਾਂ ਨੂੰ ਵੀ ਵਾਰ ਵਾਰ ਇਹੀ ਕਿਹਾ ਜਾ ਰਿਹਾ ਕਿ ਅਸੀਂ ਸਬਰ 'ਚ ਰਹਿਣਾ ਕਿਉਂਕਿ 5 ਵਜੇ ਦੀ ਇੱਕ ਅਹਿਮ ਮੀਟਿੰਗ ਹੋਣੀ ਆ। ਦੇਖੋ ਬਜ਼ੁਰਗ ਬਾਪੂ ਜਿਹੜੇ ਆ ਉਹ ਹੱਥ ਨਾਲ ਇਸ਼ਾਰਾ ਕਰ ਰਹੇ ਆ ਕਿ ਅਸੀਂ ਕੰਟਰੋਲ ਵਿੱਚ ਆ, ਸਾਡੇ ਵੱਲੋਂ ਕੋਈ ਹਰਕਤ ਨਹੀਂ ਕੀਤੀ ਜਾ ਰਹੀ, ਕਿਉਂਕਿ ਜਦ ਵੀ ਇੱਥੋਂ ਗੈਸ ਦਾ ਗੋਲਾ ਕੋਈ ਡਿੱਗਦਾ ਜਾਂ ਫਾਇਰਿੰਗ ਹੁੰਦੀ ਹੈ ਨੁਕਸਾਨ ਆਪਣੇ ਕਿਸਾਨ ਭਰਾਵਾਂ ਦਾ ਹੁੰਦਾ। ਇਸ ਕਰਕੇ 5 ਵਜੇ ਜਿਹੜੀ ਅਹਿਮ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਹੀ ਰਣਨੀਤੀ ਜਿਹੜੀ ਤਿਆਰ ਕੀਤੀ ਜਾਵੇਗੀ। ਪਰ ਆਗੂ ਆ ਜਿਹੜੇ ਉਹਨਾਂ ਨੇ ਵਾਰ ਵਾਰ ਇਹੀ ਕਿਹਾ ਕਿ ਅਸੀਂ ਸੰਜਮ ਵਿੱਚ ਰਹਿਣਾ, ਜੋਸ਼ ਪੂਰਾ ਹੈ ਨੌਜਵਾਨਾਂ ਵਿੱਚ, ਪਰ ਜਿੱਦਾਂ ਕਿਸਾਨ ਆਗੂ ਕਹਿਣਗੇ ਉਵੇਂ ਹੀ ਕਰਨਾ ਪਵੇਗਾ। ਔਰ ਭੰਦੇਰ ਸਾਹਿਬ ਉਹਨਾਂ ਨੇ ਕੱਲ੍ਹ ਗੱਲ ਆਖੀ ਸੀਗੀ ਕਿ ਸਾਡੇ ਲਈ ਅਣਖ ਦਾ ਮਸਲਾ ਨਹੀਂ, ਸਾਡੇ ਲਈ ਮਸਲਾ ਇਹ ਹੈ ਕਿ ਅਸੀਂ ਆਪਣੀ ਗੱਲ ਜਿਹੜੀ ਹੈ ਕੇਂਦਰ ਸਰਕਾਰ ਤੱਕ ਪਹੁੰਚਾਉਣੀ, ਅਸੀਂ ਆਪਣੀ ਗੱਲ ਕਰਨ ਆਏ ਹਾਂ। ਕੀ ਹੈ ਬਾਈ, ਪਰ ਸਰਕਾਰ ਨੇ ਗੱਲ ਤਾਂ ਨਹੀਂ ਸੁਣੀ, ਲੇਕਿਨ ਆਹ ਮੈਂ ਕੁਝ ਡਾਟਾ ਕੱਢ ਕੇ ਲੈ ਕੇ ਆਇਆ, ਇਸ਼ਤਿਹਾਰ ਬਹੁਤ ਵੱਡਾ ਦਿੱਤਾ। ਸਰਕਾਰਾਂ ਇੱਦਾਂ ਕਿਉਂ ਕਰਦੀਆਂ ਕਿ ਗੱਲ ਕਰਨ ਦੀ ਬਜਾਏ ਇਸ਼ਤਿਹਾਰ ਦੇ ਦਿੰਦੀਆਂ? ਜੇ ਇੱਥੇ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਕਿਸਾਨ ਵੀਰਾਂ ਨਾਲ ਗੱਲ ਕਰ ਲੈਂਦਾ ਤਾਂ ਮਸਲੇ ਦਾ ਹੱਲ ਹੋ ਜਾਣਾ, ਲੇਕਿਨ ਇਹ ਹੱਲ ਕਰਨ ਦੀ ਬਜਾਏ ਇਸ਼ਤਿਹਾਰ ਦਿੰਦੇ ਆ, ਕਹਿੰਦੇ ਆ ਕਿ ਪੰਜਾਬ ਵਿੱਚ ਹੁਣ ਅੰਦੋਲਨ ਕਿਉਂ? ਤਾਂ ਜਵਾਬ ਇਸ, ਮੈਂ ਜਿੰਨੇ ਕਿਸਾਨ ਵੀਰਾਂ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਇਹੀ ਹੈ ਕਿ 2 ਸਾਲ ਪਹਿਲਾਂ ਜਿਹੜੀਆਂ ਤੁਸੀਂ ਮੰਗਾਂ ਕਹੀਆਂ ਅਸੀਂ ਮੰਨ ਲਵਾਂਗੇ, ਹਾਲੇ ਤੱਕ ਲਾਗੂ ਨਹੀਂ ਕੀਤੀਆਂ, ਇਸ ਕਰਕੇ ਅੰਦੋਲਨ ਹੈ। ਬਾਪੂ ਜੀ, ਜਿਹੜੀਆਂ ਮੰਗਾਂ ਤੁਸੀਂ ਉਦੋਂ ਰੱਖੀਆਂ 2 ਸਾਲ ਪਹਿਲਾਂ ਮੰਨ ਲਈਆਂ? ਬਿਲਕੁਲ ਨਹੀਂ ਜੀ, ਕੋਈ ਮੰਗ ਨਹੀਂ। ਆ ਫਿਰ ਇਸ਼ਤਿਹਾਰ ਕੀ ਕਹਿੰਦਾ ਜੀ? ਇਹ ਸਭ ਝੂਠ ਹੈ, ਕੋਈ ਗੱਲ ਨਹੀਂ ਹੋਊਗੀ, ਦਿਖਾਵਾ ਜਿੰਨੇ ਪੈਸੇ ਇੱਥੇ ਖਰਚਦੇ ਜੇ ਆਪ ਆ ਕੇ ਗੱਲ ਕਰ ਲੈਣ ਤਾਂ ਬਿਲਕੁਲ ਵਧੀਆ। ਪਹਿਲਾਂ ਕੋਈ ਮੰਗ ਨਹੀਂ ਮੰਨੀ ਗਈ, ਜੋ ਵੀ ਮੰਗਾਂ ਰੱਖੀਆਂ ਸੀ ਇੱਕ ਮੰਗ ਨਹੀਂ ਮੰਨੀ, ਇੱਕ ਮੰਗ ਵੀ ਨਹੀਂ ਮੰਨੀ ਗਈ, ਔਰ ਹੁਣ ਮੋਰੇ ਕੋਡ ਆਫ ਕੰਡਕਟ ਲੱਗ ਜਾਣਾ। ਭਾਈ ਤੁਸੀਂ ਪੜ੍ਹ ਕੇ ਦੱਸੋ, ਤੁਸੀਂ ਵੀ ਨੌਜਵਾਨ ਹੋ, ਤੁਹਾਨੂੰ ਇਹ ਉਹਨਾਂ ਦੇ ਸਵਾਲ ਹੋ ਜਾਣੇ ਆ, ਆਪਾਂ ਇਹਦੇ ਜਵਾਬ ਦੇ ਦੇਣੇ ਆ। ਇਹ ਸਰਕਾਰ ਵੱਲੋਂ ਜਿਹੜਾ 3 ਕਾਨੂੰਨ ਰੱਦ ਕਰਾਏ ਦੇ ਇਕੱਲੇ ਜੀ, ਬਾਕੀ ਜਿਹੜੀ MSP ਜੀ ਆਉਣੀ 22 ਫਸਲਾਂ ਵਾ, ਉਹਨਾਂ ਕਾਨੂੰਨ ਨਹੀਂ ਬਣਿਆ ਜੀ, ਉਹ ਕਾਨੂੰਨ ਨਹੀਂ ਲਾਗੂ ਹੋਇਆ ਜੀ ਉਹਨਾਂ। ਅੱਛਾ, ਇਹ ਕਹਿੰਦੇ ਕਿ ਜੀ 22 ਫਸਲਾਂ ਤੇ MSP ਤੇ ਇਤਿਹਾਸਿਕ ਵਾਧਾ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲਾਗਤ ਮੁੱਲ ਤੇ ਘੱਟੋ ਘੱਟ 50% ਗਰੰਟੀ ਦਾ ਪੱਕਾ ਕਰਦੇ ਫਸਲਾਂ ਤੇ MSP ਵਧਾਈ ਗਈ, ਲੇਕਿਨ ਮੈਂ ਇਹਨਾਂ ਦੀ ਪੂਰੀ ਰਿਸਰਚ ਵੀ ਵਧਾਉਣੇ ਦਾ ਨਹੀਂ ਜੀ, MSP ਦਾ ਕਾਨੂੰਨ ਨਹੀਂ ਬਣਿਆ ਵਾ, ਵਧਾਉਣੇ ਨੂੰ ਕਹਾ ਜਦ ਮਰਜ਼ੀ ਵਧਾ ਦੇ ਜਦ ਮਰਜ਼ੀ ਘਟਾ ਦੇ ਜੀ, ਕਾਨੂੰਨ ਤੋਂ ਨਹੀਂ ਬਣਿਆ ਵਾ ਜੀ। ਪ੍ਰਾਈਵੇਟ ਪਲੇਅਰ ਆਣ ਕੇ ਤਾਂ ਕੀੜੇ ਪਾ ਕੇ ਲੈਣਗੇ ਜੀ, ਹਾਂ ਗਰੰਟੀ ਹੋਵੇ ਤਾਂ ਗਰੰਟੀ, ਸਾਰਾ ਕੁਝ ਇੰਨੇ ਠੇਕੇਦਾਰੀ ਵਾ ਕਰ ਰਹੇ ਜੀ। ਬਿਜਲੀ ਵਾਲੇ ਜੀ ਚਿੱਪ ਵਾਲੇ ਮੀਟਰ ਲੰਘ ਰਹੇ ਜੀ, ਵਾ ਬਿਜਲੀ ਵਾਲਾ ਕਾਨੂੰਨ ਨਹੀਂ ਜੀ ਨੇ ਉਹ ਕਰ ਰਹੇ ਜੀ। ਅੱਛਾ, ਜਿਵੇਂ ਦੇਖੋ ਹੁਣ ਟਰੈਕਟਰ ਬਹੁਤ ਮਹਿੰਗਾ ਹੋ ਗਿਆ, ਪੈਟਰੋਲ ਬਹੁਤ ਮਹਿੰਗਾ ਹੋ ਗਿਆ, ਕੀਟਨਾਸ਼ਕ ਬਹੁਤ ਮਹਿੰਗਾ ਹੋ ਗਿਆ, ਉਹਦੇ ਅਕੋਰਡਿੰਗਲੀ ਇਹਨਾਂ ਨੇ ਪਿਛਲੇ 10 ਸਾਲ ਸਿਰਫ ਜੋ ਮੈਂ ਰਿਪੋਰਟ ਪੜ੍ਹ ਕੇ 60% ਜਿਹੜਾ ਵਾਧਾ ਹੋਇਆ, ਪਰ ਉਹ ਵੀ ਗਰੰਟਿਡ ਨਹੀਂ ਆ। ਤੁਸੀਂ ਕਿਵੇਂ ਦੇਖ ਦਿਓ ਕਿ ਕਿਸਾਨ ਦੀ ਲਾਗਤ ਵੀ ਨਹੀਂ ਪੂਰੀ ਹੁੰਦੀ, ਔਰ ਉੱਤੋਂ ਜੇ ਰੱਬ ਨਾ ਕਰੇ ਕੋਈ ਕੁਦਰਤੀ ਕਰੋਪੀ ਹੋ ਜਾਵੇ ਫਿਰ ਤਾਂ ਕਿਸਾਨ ਜਮਾਂ ਹੀ ਮਰ ਜਾਂਦਾ। ਕੀਟਨਾਸ਼ਕ ਦਵਾਈਆਂ ਹੋ ਗਈ ਜੀ, ਹੋਰ ਦਵਾਈਆਂ, ਇਨਕਾ ਰੇਟ ਦਿਨ ਪ੍ਰਤੀ ਦਿਨ ਵੱਧ ਰਿਹਾ ਜੀ, ਜਿਹੜੀ ਫਸਲ ਆ ਜੀ ਉਹ ਉੱਥੇ ਰੁਕੀ ਵੀ ਆ ਜੀ, 100 ਰੁਪਇਆ ਵਧਾ ਦੀ, ਕਦੀ 50 ਰੁਪਏ ਵਧਾ ਦੀ, ਇੱਧਰ ਫਸਲ ਵਧਾਵਾਂ ਜੀ ਰੇਟ ਜੀ ਜੋ ਕੁਆਟਰ ਪਿੱਛਾ, ਪਰ ਜਿਹੜਾ ਬਾਕੀ ਰੇਟ ਆ ਜੀ ਦਵਾਈਆਂ ਕੀਟਨਾਸ਼ਕ ਇਨਕਾ ਦਿਨ ਪ੍ਰਤੀ ਦਿਨ ਵੱਧ ਰਿਹਾ ਜੀ। ਅੱਛਾ, ਕਿਸਾਨਾਂ ਦਾ ਇੱਕ ਹੋਰ ਮਸਲਾ, ਉਹ ਕਹਿੰਦੇ ਕਈ ਵੇਲੇ ਸਾਨੂੰ ਬੀਜ ਵੀ ਜਿਹੜਾ ਆ ਚੰਗੀ ਗੁਣਵੱਤਾ ਵਾਲਾ ਨਹੀਂ ਮਿਲਦਾ, ਡੁਪਲੀਕੇਟ ਬੀਜ ਆ ਜੀ, ਹਾਂ ਡੁਪਲੀਕੇਟ ਬੀਜ ਆ ਰਿਹਾ ਜੀ ਜਿਹੜਾ ਅਸਰ ਨਹੀਂ ਕਰਦਾ ਜੀ ਫਸਲਾਂ ਵਾ, ਡੁਪਲੀਕੇਟ ਬੀਜ ਆ ਜੀ, ਉਹ ਵੀ ਕਿਸਾਨ ਨੂੰ ਵੀ ਸਾਰੀ ਝੱਲਣੀ ਪੈਂਦੀ ਹੈ ਮਾਰ, ਕੁਦਰਤ ਦੀ ਕਰੋਪੀ ਆ ਜੀ ਉਹ ਵੀ ਝੱਲਣੀ ਪੈਂਦੀ ਹੈ, ਮਾਰ ਕਿਆ ਝੱਲਣੀ ਪਵਾ ਜੀ, ਫਸਲ ਖਰਾਬ ਹੋ ਰਹੀ ਜੀ, ਨਕਲੀ ਦਵਾਈਆਂ ਜੀ ਸਪਰੇ ਆ ਜੀ। ਤੁਸੀਂ ਕਿਹੜੇ ਏਰੀਏ ਤੋਂ ਆਏ ਜੀ? ਮੇਰਾ ਜੀ
ਨੇੜੇ ਹੀ ਪਿੰਡ ਸਰਾਲਾ ਮੇਰਾ ਪਿੰਡ ਹੈ ਜੀ ਸਰਾਲਾ ਪਿੰਡ ਸਰਾਲਾ ਕਲਾਂ ਜੀ ਰਾਤ ਨੂੰ ਚਲੇ ਜਾਂਦੇ ਕਿੱਥੇ ਰਹਿੰਦੇ ਨਾ ਇੱਥੇ ਰਹਾਂ ਜੀ ਰਾਤ ਨੂੰ ਚਲੇ ਜਾਂਦੇ ਆ 12 ਵਜੇ ਜਾਂਦੇ ਆ ਜੀ ਹਾਂ ਤੇ ਰਾਤ ਨੂੰ ਵੀ ਕੱਲ ਰਾਤੀ ਹੋਈ ਜੀ ਪੂਰੀ ਜਿਹੜੀ ਇਹਨਾਂ ਨੇ ਡਰੋਨ ਨਾਲ ਫਾਇਰ ਫੂਰ ਕੀਤੇ ਡਰੋਨ ਨਾਲ ਫਾਇਰ ਤਾਂ ਲਗਾਤਾਰ ਚੱਲਦੇ ਸੀ ਹੁਣ ਬੰਦ ਨੇ ਜੀ ਥੋੜਾ ਜਿਹਾ ਉਹ ਵੀ ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਬੰਦ ਕਰੇ ਹੋਏ ਨੇ ਅੱਜ ਸੁੱਟੇ ਇਹਨਾਂ ਨੇ ਅੱਜ ਵੀ ਸੁੱਟੇ ਸਵੇਰੇ ਵੀ ਸੁੱਟੇ ਜੀ ਸਵੇਰੇ ਸੁੱਟੇ ਆ ਹਾਂ ਜੀ ਤੇ ਜ਼ਖਮੀ ਕਿੰਨੇ ਹੋ ਗਏ ਨੌਜਵਾਨ ਜ਼ਖਮੀ ਹੋ ਗਏ 100-150 ਮੁੰਡਾ ਜ਼ਖਮੀ ਹੋਇਆ ਬਾਈ ਫਿਰ ਉਹਨਾਂ ਨੂੰ ਕਿਹੜੇ ਹਸਪਤਾਲ ਲੈ ਕੇ ਜਾਂਦੇ ਜੀ ਅਰਜਿੰਦਰਾ ਜੀ ਜਾਂ ਮਹਿੰਦਰਾ ਹਸਪਤਾਲ ਆ ਜੀ ਇੱਥੇ ਫਿਰ ਉਹ ਖਰਚਾ ਕੌਣ ਕਰਦਾ ਖਰਚਾ ਜੀ ਕਿਸਾਨ ਜਥੇਬੰਦੀਆਂ ਜੀ ਜਥੇਬੰਦੀਆਂ ਕਰਦੇ ਹਾਂਜੀ ਹਾਂ ਤੇ ਹੁਣ ਵੀਰ ਇੱਦਾਂ ਦੀ ਇੱਦਾਂ ਘਾਟ ਨਹੀਂ ਰੜਕਦੀ ਕਿ ਜਦੋਂ 117 MLA ਆ ਇਹਨਾਂ ਕੋਲ ਕਿੰਨੀਆਂ ਸਿਕਿਉਰਟੀਆਂ 13 MP ਆ 7 ਰਾਜ ਸਭਾ ਮੈਂਬਰ ਆ ਇਹ ਹਮੇਸ਼ਾ ਕਹਿੰਦੇ ਜੀ ਅਸੀਂ ਪੰਜਾਬ ਲਈ ਜੀਨੇ ਆ ਹੱਥ ਜੋੜ ਕੇ ਕਹਿੰਦੇ ਕਿ ਸੇਵਾ ਦੇ ਦਿਓ ਹੁਣ ਅੱਜ ਸੇਵਾ ਲੈ ਲੈਂਦੇ ਇੱਥੇ ਆ ਕੇ ਬਸ ਜੀ ਸੇਵਾ ਦੋ ਇਹੋ ਕੰਮ ਆ ਜੀ ਵੀ ਜਿੱਧਰੋਂ 92 ਨੇ ਵੋਟਾਂ ਦੇ ਟਾਈਮ ਨਿਕਲਾਂਗੇ ਜੀ ਬਸ ਬਾਹਰ ਉਹ ਨਹੀਂ ਨਿਕਲਦੇ ਜੀ ਬਾਹਰ ਮਤਲਬ ਮੈਂ ਵੈਸੇ ਗੱਲ ਕਰਦਾ ਟੈਕਨੀਕਲੀ ਜਿਵੇਂ ਹੁਣ ਸਾਡੇ ਕਿਸਾਨ ਆਗੂ ਮੋਹਰੇ ਆ ਉਹ ਹੱਥ ਹਿਲਾ ਰਹੇ ਆ ਕਿ ਜਾਬਤੇ 'ਚ ਹੀ ਅਸੀਂ ਜਿਹੜੇ 117 ਦੇ 17 MLA ਆਪਣੀ ਸਿਕਿਉਰਿਟੀ ਲੈ ਕੇ ਇੱਥੇ ਖੜ ਜਾਂਦੇ ਕਹਿੰਦੇ ਅਸੀਂ ਕਿਸਾਨਾਂ ਨਾਲ ਖੜੇ ਉਰਾ ਨਹੀਂ ਖੜ ਸਕਦੇ ਜੀ ਉਹ ਨਹੀਂ ਖੜ ਸਕਦੇ ਉਰਾ ਉਹਨੂੰ ਪਤਾ ਜੀ ਉਰਾ ਮੇਰੇ ਚਾਹੁੰਦੇ ਹੀ ਨਹੀਂ ਜੀ ਉਰਾ ਜਾਗਦੇ ਜ਼ਮੀਰਾਂ ਵਾਲੇ ਖੜਦੇ ਹਾਂਜੀ ਉਰਾ ਜਾਗਦੇ ਜ਼ਮੀਰ ਵਾਲੇ ਖੜਾਂਗੇ ਜੀ ਉਰਾ ਚਾਹੁੰਦੇ ਹੀ ਨਹੀਂ ਉਹਨਾਂ ਕੀ ਪਰ ਦੁੱਖ ਲੱਗਦਾ ਹੁੰਦਾ ਜਦੋਂ ਆਪਣੀ ਹਦੂਦ ਦੇ ਅੰਦਰ ਹੀ ਆਪਣੀ ਹੀ ਧਰਤੀ ਤੇ ਖੜੇ ਬੈਰੀਅਲ ਦਾ ਕੰਮ ਨਹੀਂ ਹੱਦ ਹੈ ਜੀ ਉਹ ਆਪਣੀ ਹੱਦਮਾ ਕਰਿਆ ਵਾ ਇਹਨੇ ਸਾਰਾ ਕੁਝ ਆਪਣੀ ਹੱਦਮਾ ਲਾਇਆ ਵਾ ਜੀ ਇਹਨੇ ਤੇ ਆਪਣੀ ਹੱਦ 'ਚ ਹੀ ਸਾਡੇ ਆਪਣੀ ਹੱਦ ਮਾ ਲਾਇਆ ਵਾ ਜੀ ਥਰੂ ਗੈਸ ਦੇ ਗੋਲੇ ਸਿੱਟਦਾ ਜਦੋਂ ਕੋਈ ਪਲਾਸਟਿਕ ਦੀਆਂ ਗੋਲੀਆਂ ਮਾਰਦਾ ਸ਼ਰਰੇ ਮਾਰਦਾ SLR ਦਾ ਵੀ ਮਾਰਿਆ ਵਾ ਜੀ ਦੂਸਰਾ ਹਾਂ SLR ਦਾ ਉਹ ਜਿਹੜੀ ਪਲਾਸਟਿਕ ਵਾਲੇ ਵੀ ਭੰਦੇਰ ਸਾਹਿਬ ਕਰਦੇ ਬਾਕੀ ਜੀ ਉਹਨਾਂ ਦੀ ਡੇਟ ਲੱਗੀ ਵੀ ਹੈ ਜਿਹੜੇ ਨੇ ਦੂਸਰੇ ਮਾਰ ਰਹੇ ਜੀ ਧੂਏ ਵਾਲੇ ਜੀ ਉਹਨਾਂ ਦੀ ਡੇਟ ਲੱਗੀ ਵੀ ਹੈ ਜੀ ਗੈਰ ਕਾਨੂੰਨੀ ਜੀ ਸਾਰਾ ਪੈਰ ਨੇ ਇੱਕ ਵੀਰ ਦੀ ਮੈਂ ਗੱਲ ਸੁਣੀ ਫੌਜੀ ਵੀਰ ਆ ਉਹ ਕਹਿੰਦੇ ਕਿ ਇਹ ਹਵਾਈ ਫੇਰ ਕਰ ਸਕਦੇ ਆ ਇਹ ਫਿਰ ਸਿੱਧੀਆਂ ਮਾਰ ਰਹੇ ਹੈਗਾ ਸਿੱਧੀਆਂ ਮਾਰੀ ਜੀ ਇਹ ਸਾਡੇ ਟਰੈਕਟਰਾਂ ਦੇ ਟਾਇਰ ਭੰਨੇ ਆ ਇੱਕ ਮੁੰਡੇ ਦੀ ਮੈਂ ਸੁਣਿਆ ਕਿ ਲੱਖ ਵੀ ਨਿਕਲ ਗਈ ਜੀ ਅੱਖ 'ਚ ਵੱਜੀ ਗੋਲੀ ਵੱਜੀ ਆ ਜੀ ਇੱਕ ਦੀ ਅੱਖ ਪਰ ਫਿਰ ਬਾਪੂ ਉਹ ਦੇਖੋ ਕਿਵੇਂ ਇਹ ਫਿਰ ਲੋਕਤੰਤਰ ਇਹ ਲੋਕਤੰਤਰ ਨਹੀਂ ਇਹ ਡੰਡਾ ਤੰਤਰ ਹੈ ਕਿ ਸ਼ੜਿਆਂਤਰ ਹੀ ਹੈ ਹਾਂ ਡੰਡਾ ਤੰਤਰ ਹੈ ਇਹ ਮੋਦੀ ਚਲੋ ਅੰਮ੍ਰਿਤਪਾਲ ਚੱਕਾ ਕਰ ਲਿਆ ਜੀ ਇਹਨੇ ਅਸਾਮ ਡਿਪਟੀ ਧੱਕਾ ਸਿਰਿਆ ਵਾ ਪੂਰਾ ਕਿਹੜਾ ਜੈਲ ਨੀ ਹੈ ਜੀ ਪੂਰਾ ਪੰਜਾਬ ਮਾ ਇੰਨੀ ਵਧੀਆ ਜੈਲਾਂ ਜੀ ਪੂਰਾ ਕਿਹੜਾ ਜੈਲ ਨਹੀਂ ਹੈ ਕੋਈ ਰੱਖ ਸਕਦੇ ਆ ਤਾਂ ਅੰਮ੍ਰਿਤਪਾਲ ਨੂੰ ਨਹੀਂ ਰੱਖ ਸਕਦੇ ਹਾਂ ਅੱਛਾ ਇੱਕ ਨਾ ਜਿਹੜੇ ਸਵਾਮੀਨਾਥਨ ਨੇ ਜੀ ਉਹਨਾਂ ਦੀ ਬੇਟੀ ਨੇ ਹਾਹ ਦਾ ਨਾਰਾ ਮਾਰਿਆ ਕਿਸਾਨਾਂ ਲਈ ਉਹ ਕਹਿੰਦੇ ਕਿ ਭਾਰਤ ਰਤਨ ਤੁਸੀਂ ਦੇ ਰਹੇ ਹੋ ਠੀਕ ਹੈ ਪਰ ਸਵਾਮੀਨਾਥਨ ਦਾ ਫਾਰਮੂਲਾ ਤਾਂ ਲਾਗੂ ਕਰ ਦਿਓ ਇਹ ਕੋਈ ਕ੍ਰਿਮੀਨਲ ਥੋੜ੍ਹੇ ਨੇ ਇਹ ਕਿਸਾਨ ਨੇ ਇਹਨਾਂ ਦਾ ਸਤਿਕਾਰ ਬਣਦਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਦ ਤੱਕ ਸਵਾਮੀਨਾਥਨ ਜੀ ਰਹੇ ਤੇ ਉਹਨਾਂ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਪਰ ਹੁਣ ਉਹ ਤਾਂ ਇਹਨਾਂ ਦੇ ਲਾਗੂ ਨਹੀਂ ਹੋਈਆਂ ਹੁਣ ਮਰਿਆਂ ਤੋਂ ਬਾਅਦ ਉਹਨੂੰ ਭਾਰਤ ਦੇ ਰਹੇ ਫਾਰਮੂਲਾ ਲਾਗੂ ਕਰ ਦੋ ਫਾਰਮੂਲਾ ਲਾਗੂ ਨਹੀਂ ਕਰ ਰਹੇ ਭਾਰਤ ਰਤਨ ਦੀਆ ਜੀ ਵਾ ਫਾਰਮੂਲਾ ਤਾਂ ਲਾਗੂ ਨਹੀਂ ਕਰ ਰਹੇ ਜੀ ਫਿਰ ਕਿਆ ਫਾਇਦਾ ਜੀ ਭਾਰਤ ਰਤਨ ਦੇਣੇ ਜਾਣ